ਜਾਂ ਸਾਡੇ ਬੱਚੇ ਸਕੂਲੇ ਵੀ ਨਹੀਂ ਜਾ ਸਕਦੇ, ਸਾਡੇ ਬੱਚੇ ਲਿਬੜ ਕੇ ਇੱਥੋਂ ਪਾਣੀ 'ਚ ਚੜ ਜਾਂਦੇ, ਅਸੀਂ ਕੀ ਕਰੀਏ? ਸਾਡੇ ਪਿੰਡ ਸਾਡੇ ਬੂਹਿਆਂ ਦੇ ਗਾੜੀ ਨੱਕੇ ਲੱਗੇ ਆ, ਜਾਂ ਸਾਡੇ ਬੱਚੇ ਸਕੂਲੇ ਵੀ ਨਹੀਂ ਜਾ ਸਕਦੇ, ਸਾਡੇ ਬੱਚੇ ਲਿਬੜ ਕੇ ਇੱਥੋਂ ਪਾਣੀ 'ਚ ਚੜ ਜਾਂਦੇ, ਅਸੀਂ ਕੀ ਕਰੀਏ? ਸਾਡੇ ਪਿੰਡ ਸਾਡੇ ਬੂਹਿਆਂ ਦੇ ਗਾੜੀ ਨੱਕੇ ਲੱਗੇ ਆ। ਹਾਂਜੀ ਭਾਅ ਜੀ, ਮੇਰਾ ਨਾਮ ਸੋਨੀਆ ਜੇ, ਮੈਂ ਇਸ ਪਿੰਡ ਦੀ ਕੋਟਜ਼ਾਦਾ ਦੀ ਰਹਿਣ ਵਾਲੀ ਆ। ਸਾਡੇ ਬੱਚੇ ਲਾਗੇ ਸਕੂਲ ਆ, ਛੱਪੜ ਵੇਖੋ ਉੱਥੇ ਜਾ ਕੇ ਕੀ ਬਣਿਆ ਹੋਇਆ ਵਾ, ਸਾਡੇ ਪਿੰਡ ਦਾ ਹਾਲ ਕੀਤਾ ਹੈ। ਅੱਗੇ 2-3 ਵਾਰੀ ਬੱਚੇ ਚਲ ਗਏ ਇੱਥੇ ਡਿੱਗ ਗਏ ਜੇ ਪਾਣੀ ਵਿੱਚ, ਤੇ ਬੱਚੇ ਬਿਮਾਰ ਵੀ ਹੋ ਗਏ ਜੇ, ਸਾਡੇ ਬਹੁਤ ਬਿਮਾਰੀਆਂ ਫੈਲੇ। ਤੁਸੀਂ ਘਰ ਦਾ ਜਾ ਕੇ ਵੇਖੋ, ਸਾਡੇ ਪਾਣੀ ਫੈਲ ਗਿਆ, ਕੀ ਕਰ ਸਕਦੇ ਆਪਾਂ? ਤੁਸੀਂ ਇਹ ਸਾਡੀ ਮੀਡੀਆ ਅੱਗੇ ਰਿਪੋਰਟ, ਠੀਕ ਗੁੰਜਾਇਸ਼ ਹੈ, ਹਾਂਜੀ ਮੰਗ ਹੈਗੀ ਆ ਕਿ ਸਾਡਾ ਨਿਕਾਸ ਕਰਨ। ਪਾਣੀ ਕਿੱਥੇ ਫੈਲ ਰਿਹਾ ਤੁਹਾਡੇ ਪਿੰਡ 'ਚ, ਘਰਾਂ 'ਚ? ਹਾਂਜੀ ਭਾਅ ਜੀ, ਸਾਡੇ ਘਰਾਂ 'ਚ ਫੈਲ ਰਿਹਾ, ਸਾਡੇ ਗੰਦਗੀ ਇੰਨੀ ਫੈਲ ਰਹੀ ਆ। ਹਾਂਜੀ, ਇੱਥੇ ਨਾ ਪਿੰਡਾਂ ਵਾਲੇ ਆਪ ਹੀ ਆਣ ਕੇ ਨੱਕੇ ਲਾਏ ਜਾਂਦੇ, ਹੁਣ ਅਸੀਂ ਸਾਡਾ ਅਸੀਂ ਇਸ ਕਰਕੇ ਨੱਕਾ ਲਾਇਆ ਵਾ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਜੇ ਦੇਣਾ। ਵੇਖੋ ਜੀ, ਮੁਸ਼ਕਲ ਇਹ ਆ, ਸਾਡੇ ਕੋਲ 3-5 ਸਾਲ ਦੇ ਬੱਚੇ ਆਣ ਡਏ ਆ, ਜਿਹੜਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸਰਕਾਰ ਨੇ ਤੋਰੀ ਆ। ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਵੀ 3-5 ਸਾਲ ਦੇ ਬੱਚੇ ਸਾਨੂੰ ਦਿੱਤੇ ਹੋਏ ਆ, ਪਰ ਕੀ ਕਰੀਏ, ਬੱਚੇ 2 ਕਿਲੋਮੀਟਰ ਤੋਂ ਚੱਲ ਕੇ ਸਾਡੇ ਪਿੰਡ ਕੋਟਰ ਜ਼ਿਆਦਾ ਪੜ੍ਹਨ ਆਉਂਦੇ ਆ। ਅੱਗੇ ਵੇਖੋ ਪਾਣੀ ਵੇਖੋ ਕਿੰਨਾ, ਬੱਚੇ ਆਉਣ ਨਹੀਂ ਡਏ, ਬੱਚਿਆਂ ਤੋਂ ਆਇਆ ਨਹੀਂ ਜਾਣ ਡਿਆ। ਉਹਨਾਂ ਦੇ ਜਿਹੜੇ ਮਾਂ ਪਿਓ ਆ, ਉਹ ਇੱਕ ਦਿਹਾੜੀਦਾਰ ਬੰਦਾ, ਉਹ ਨਾ ਛੱਡ ਕੇ ਆ ਸਕਦੇ ਆ ਨਾ ਲੈ ਕੇ ਜਾ ਸਕਦੇ ਆ, ਤੇ ਬੱਚੇ ਨਿੱਕੇ ਨੇ ਛੋਟੇ ਨੇ, ਉਹਨਾਂ ਨੂੰ ਪੁੱਛੀਦਾ ਤੁਸੀਂ ਕਿਉਂ ਨਹੀਂ ਭੇਜ ਰਹੇ, ਉਹ ਕਹਿੰਦੇ ਗਾੜੀ ਤੇ ਪਾਣੀ ਨਹੀਂ ਇੰਨਾ। ਵਾਕਿਆ ਹੀ ਉਹ ਜਿਹੜਾ ਛੱਪੜ ਆ ਉਹਦਾ ਪਾਣੀ ਸਾਰਾ ਸੜਕ ਦੇ ਉੱਪਰ ਆਇਆ ਹੋਇਆ, ਬੱਚੇ ਆਉਣ ਵੀ ਕਿੱਦਾਂ? ਜੇ ਕੋਈ ਬੱਚਾ ਆਉਂਦਾ ਮੈਨੂੰ ਆਉਂਦੇ ਤੁਸੀਂ ਆਪਣਾ ਰਿਸਕ ਲਓ, ਮੈਂ ਕਿੱਦਾਂ ਲਵਾਂ? ਜੇ ਕਿਸੇ ਦਾ ਬੱਚਾ ਛੱਪੜ ਦੇ ਵਿੱਚ ਡਿੱਗ ਪਏ, ਮੈਂ ਕਿੱਦਾਂ ਪੂਰਾ ਕਰੂੰ ਬੱਚੇ ਨੂੰ? ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿਕਾਸ ਵੱਲ ਧਿਆਨ ਦਿਓ, ਜਿੱਥੇ ਵੀ ਛੱਪੜ ਹੈਗਾ ਵਾ ਉਹ ਛੱਪੜ ਨੂੰ ਉੱਥੇ ਪਹੁੰਚਾਇਆ ਜਾਵੇ, ਤੇ ਨਾ ਪਰੇਸ਼ਾਨੀ ਬੱਚਿਆਂ ਨੂੰ ਕੀਤੀ ਜਾਵੇ, ਕਿਉਂਕਿ ਬੱਚਿਆਂ ਦੀ ਪੜ੍ਹਾਈ ਇਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਡਈ ਆ। ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵੜਨ ਦਿੰਦੇ, ਸਾਡਾ ਪਾਣੀ ਦਾ ਹੱਲ ਕਰਕੇ ਦਿਓ। ਸਾਡੇ ਆ ਵੇਖੋ ਛੱਪੜ ਕਿੱਦਾਂ ਸਾਰਾ ਜੱਟਾਂ ਨੇ ਮੱਲ ਲਿਆ, ਛੱਪੜ ਸਾਰਾ ਮੱਲ ਲਿਆ, ਪੂਰੀ ਜਾਂਦੀ ਆ ਜੱਟ ਮਿੱਟੀ ਪਾ ਪਾ ਕੇ, ਪੂਰੀ ਜਾਂਦੀ ਆ ਛੱਪੜ, ਸਾਡਾ ਪਾਣੀ ਕਿੱਧਰ ਜਾਣਾ? ਸਾਡਾ ਪਾਣੀ ਵੇਖੋ ਕਿੱਦਾਂ ਨੱਕੇ ਲਾਏ ਸਾਡੇ ਬੂਹਾਂ ਦੇ ਗਾੜੀ, ਜੇ ਅਸੀਂ ਇਸ ਤਰ੍ਹਾਂ ਛੱਪੜ ਪੂਰਦੇ ਆ ਜੱਟ ਪੂਰੀ ਜਾਂਦੇ ਛੱਪੜ ਕਾਹਲੀ ਪੂਰਦੇ? ਉਹ ਸਰਕਾਰ ਦਾ ਛੱਪੜ ਆ, ਨਹੀਂ ਪੂਰਨਾ ਚਾਹੀਦਾ, ਕਰ ਨਹੀਂ ਪੂਰਦੇ ਆ। ਸਾਡੇ ਬੱਚੇ ਨਹੀਂ ਸਕੂਲੇ ਜਾ ਸਕਦੇ, ਜੱਟਾਂ ਦੇ ਸਕੂਲੇ ਬੱਚੇ ਪੜ੍ਹ ਸਕਦੇ ਆ, ਕਰ ਨਹੀਂ ਪੜ੍ਹ ਸਕਦੇ? ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ੍ਹ ਸਕਦੇ? ਇਸ ਕਰਕੇ ਨਹੀਂ ਪੜ੍ਹ ਸਕਦੇ ਕਿ ਅਸੀਂ ਗਰੀਬ ਆ, ਸਾਡੇ ਬੱਚਿਆਂ ਨੂੰ ਸਾਨੂੰ ਸਕੂਲੇ ਛੁੱਟੀ ਕਰਾਉਣੀ ਪੈਂਦੀ ਆ, ਸੁਣਾਈ ਨਹੀਂ ਹੁੰਦੀ ਇਸ ਪਿੰਡ ਚ, ਕਰ ਨਹੀਂ ਦਿੰਦੀ। ਸਾਨੂੰ ਮਜ਼ਾਕ ਡਾਕ ਜਾਂਦੇ, ਸਾਡੇ ਜੋ ਸਾਡੇ ਪਿੰਡ ਲੋਕੀ ਮਜ਼ਾਕ ਡਾਕ ਜਾਂਦੇ, ਜੱਟ ਲੋਕ ਮਜ਼ਾਕ ਡਾਕ ਜਾਂਦੇ, ਲੋਕੀ ਆਉਂਦੇ ਆ ਸ਼ਰਬਤ ਚ ਭੁੱਲ ਕੇ ਪਾਣੀ ਇਹਨਾਂ ਨੂੰ ਪਿਓ, ਘਰਾਂ ਚ ਕਲੋ ਜਨਾਂ ਨੂੰ, ਕਰ ਨਹੀਂ ਕਰਾਉਣ? ਕੀ ਗੱਲ, ਜਨਾਨੀਆਂ ਨੇ ਸੁਣਾਈ ਕਰਨੀ ਆਪਣੀ, ਕਰ ਨਹੀਂ ਕਰਨੇ? ਉਹ ਕਿਉਂ, ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ, ਕਰ ਨਹੀਂ ਜੇ ਉਹ ਇਸ ਕਰਕੇ ਪਿੰਡ ਚ ਤਾਂ ਧੰਨਾ ਲਾਇਆ, ਇਸ ਕਰਕੇ ਕਿਸੇ ਨੂੰ ਨੀ ਆਪਾਂ ਜਾਣ ਦੇਣਾ, ਸਾਰਿਆਂ ਨੂੰ ਵਾਪਸ ਮੋੜਨੇ। ਸਾਡਾ ਉੱਥੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ, ਕੀ ਮੰਗ ਕਰਦੇ ਜਾਣਾ? ਛੱਪੜ ਦੇ, ਹਾਂ ਛੱਪੜ ਦੋ ਜੀ। ਅਸੀਂ ਇਹ ਮੰਗ ਕਰਦੇ ਆ ਕਿ ਸਾਡਾ ਇੱਥੇ ਪਾਣੀ ਦਾ ਕਵਾਸ ਕੋਈ ਨਹੀਂ ਗਾ, ਤੇ ਜਿਹੜੇ ਮੈਂਬਰ ਸਰਪੰਚ ਆ ਬਿਲਕੁਲ ਨਹੀਂ ਸੁਣਾਈ ਸਾਡੀ ਕਰਨ ਡਏ। ਜਦੋਂ ਵੋਟਾਂ ਲੈਣ ਦਾ ਟਾਈਮ ਹੁੰਦਾ ਉਦੋਂ ਸਾਡੇ ਘਰ ਜਾਂਦੇ ਨੇ ਪੱਗਾਂ ਬੰਨ ਕੇ, ਪਰ ਐਰਕਾਂ ਕੋਈ ਵੋਟਾਂ ਲੈਣ ਚਲ ਗਿਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ, ਜੇ ਕੋਈ ਸਾਡਾ ਭਾਵੇਂ ਆਪਣਾ ਹੀ ਭੈਣ ਭਰਾ ਹੋਵੇ। ਮੁਸ਼ਕਲ ਜੀ ਇਹ ਆ ਕਿ ਸਾਨੂੰ ਪਾਣੀ ਦਾ ਕੋਈ ਕਵਾਸ ਹੋਣਾ ਚਾਹੀਦਾ ਵਾ, ਛੱਪੜ ਜਿੱਥੇ ਸਰਕਾਰੀ ਹੈਗਾ ਉੱਥੇ ਨਿਕਲਣਾ ਚਾਹੀਦਾ। ਜਿੱਥੇ ਸਰਕਾਰੀ ਛੱਪੜ ਹੈਗਾ ਉੱਥੇ ਨਿਕਲ ਜਾਵੇ। ਪਿੰਡ ਸਾਡਾ ਕੋਟਰ ਜ਼ਿਆਦਾ, ਸਰਪੰਚ ਜਲਾਲਮ ਸੀ, ਇੱਥੋਂ ਦੇ ਵਸਨੀਕ ਆ, ਇਹੋ ਪਿੰਡ ਆ।
ਪਾਣੀ ਕੁਝ ਤੇ ਬਾਰਿਸ਼ ਦਾ ਤੇ ਕੋਈ ਛੱਪੜ ਦਾ ਪਾਣੀ। ਹੁਣ ਸਾਡਾ ਜਿਹੜੇ 6 ਮਹੀਨੇ ਹੋ ਗਏ ਸਾਨੂੰ ਸਪੈਂਡ ਹੋ ਗਏ ਆ, ਸਾਡਾ ਕੋਈ ਕੰਮ ਨਹੀਂ ਪਾਣੀ ਕੱਢਦਾ, ਕਿ ਪਾਣੀ ਹੀ ਕੱਢਦੇ ਰਹੇ ਆ, ਸਾਰਾ ਕੰਮ ਕਰਦੇ ਰਹੇ ਆ ਤੇ ਛੱਪੜ 'ਚੋਂ ਪਾਣੀ ਨਿਕਲਣ ਵਾਲਾ ਸਫਾਈ ਹੋਣ ਵਾਲੀ ਹੈ। ਹੁਣ ਪ੍ਰਬੰਧਕ ਲੱਗੇ ਆ ਤੇ ਉਹੀ ਹੁਣ ਕਰਾ ਸਕਦੇ, ਅਸੀਂ ਤੇ ਕੋਈ ਕੰਮ ਕਰਾ ਨਹੀਂ ਸਕਦੇ। ਅਸੀਂ ਗਲੀਆਂ ਬਣਾਈਆਂ ਆਪਣੇ ਸਮੇਂ 'ਚ, ਗਲੀਆਂ ਬਣੀਆਂ, ਮੁਸ਼ਕਿਲ ਹੁਣ ਕੋਈ ਨਹੀਂ। ਮੁਸ਼ਕਿਲ ਪਾਣੀ ਦੀ ਆ, ਛੱਪੜ ਭਰੇ ਆ, ਛੱਪੜ ਦਾ ਪਾਣੀ ਬਾਹਰ ਆ ਰਿਹਾ, ਉਹਦੀ ਛੱਪੜ ਦੀ ਸਫਾਈ ਹੋਣ ਵਾਲੀ ਹੈ ਤੇ ਉਹਦਾ ਪਾਣੀ ਕੱਢਿਆ ਜਾਵੇ ਬਾਹਰ।